ਪਿੱਛੇ ਜੇ ਸਾਹਿਬਜ਼ਾਦਿਆਂ ਦੀਆਂ ਉਹ ਜਦੋਂ ਫਿਲਮ ਆਈ ਸਾਹਿਬਜ਼ਾਦਿਆਂ ਦੀ, ਅਤੇ ਕਿੰਨੇ ਲੋਕ ਥੀਏਟਰਾਂ 'ਚੋਂ ਫਿਲਮ ਵੇਖ ਕੇ ਜਦੋਂ ਬਾਹਰ ਆਏ ਨਾ, ਅਤੇ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਸੀ। ਕੋਈ 50 ਸਾਲ ਦਾ ਸੀ, ਕੋਈ 40 ਸਾਲ ਦਾ ਸੀ, ਕੋਈ 30 ਸਾਲ ਦਾ ਸੀ। ਅਤੇ ਜੋ ਕੈਮਰਿਆਂ ਦੇ ਸਾਹਮਣੇ ਆਣ ਕੇ ਖਲੋਂਦੇ ਸੀ, ਉੱਥੇ ਇੱਕ ਸ਼ਬਦ ਬੋਲਦੇ ਸੀ ਕਿ ਅੱਜ ਸਾਨੂੰ ਪਤਾ ਲੱਗਾ ਸਾਹਿਬਜ਼ਾਦਿਆਂ ਐਡੀ ਵੱਡੀ ਕੁਰਬਾਨੀ ਕੀਤੀ। ਸਾਹਿਬਜ਼ਾਦਿਆਂ ਦੀ ਸ਼ਹਾਦਤ ਅੱਜ ਅਸੀਂ ਅੱਖਾਂ ਨਾਲ ਜਦੋਂ ਵੇਖੀ, ਅੱਜ ਪਤਾ ਲੱਗਾ ਐਡੀਆਂ ਵੱਡੀਆਂ ਉਹਨਾਂ ਦੀਆਂ ਕੁਰਬਾਨੀਆਂ ਸੀ, ਐਡੀ ਮਹਾਨ ਕੁਰਬਾਨੀ ਸੀ। ਉੱਥੇ ਇੱਕ ਸਵਾਲ ਪੈਦਾ ਹੁੰਦਾ ਕਿ ਜੇ ਸਾਨੂੰ ਇੱਕ ਫਿਲਮ ਰਾਹੀਂ ਸਾਹਿਬਜ਼ਾਦਿਆਂ ਦੀ ਐਡੀ ਵੱਡੀ ਕੁਰਬਾਨੀ ਦਾ ਪਤਾ ਲੱਗਣਾ, ਅਤੇ ਸਾਡੇ ਗੁਰਦੁਆਰਿਆਂ ਦੇ ਕੀ ਅਰਥ ਨੇ ਫਿਰ ਸਮਾਜ ਵਿੱਚ, ਸਾਡੀਆਂ ਪ੍ਰਬੰਧਕ ਕਮੇਟੀਆਂ ਦੇ ਕੀ ਯੋਗਦਾਨ ਨੇ, ਸਾਡੇ ਪ੍ਰਚਾਰਕ ਰਾਗੀ ਢਾਡੀ ਏਡੇ ਏਡੇ ਮਹਾਨ ਸਾਡੀ ਕੌਮ ਦੇ ਰਾਗੀ, ਜਿਹੜੇ 2-2 ਲੱਖ ਰੁਪਈਆ ਭੇਟਾਵਾਂ ਲੈਣ। ਵੇਖੋ ਜੀ, ਮੇਰੀਆਂ ਗੱਲਾਂ ਕਈਆਂ ਨੂੰ ਚੁੱਭਦੀਆਂ ਨੇ, ਪਰ ਏਡੇ ਏਡੇ ਮਹਾਨ ਸਾਡੇ ਰਾਗੀ ਹੋਣ, ਏਡੀਆਂ ਏਡੀਆਂ ਸਾਡੀਆਂ ਕਮੇਟੀਆਂ ਦੇ ਬਜਟ ਹੋਣ, ਅਤੇ ਫਿਰ ਵੀ ਸਾਡਾ 50-60 ਸਾਲ ਦਾ ਬੰਦਾ ਜਾ ਕੇ ਇੱਕ ਥੀਏਟਰ 'ਚੋਂ ਨਿਕਲ ਕੇ ਕਹੇ ਮੈਨੂੰ ਤਾਂ ਅੱਜ ਪਤਾ ਲੱਗਾ ਸਾਹਿਬਜ਼ਾਦਿਆਂ ਦੀ ਕੁਰਬਾਨੀ ਏਡੀ ਵੱਡੀ ਹੈ। ਸਾਡੀਆਂ ਕੱਢੀਆਂ ਹੋਈਆਂ ਪ੍ਰਭਾਤ ਫੇਰੀਆਂ, ਸਾਡੇ ਲੱਖਾਂ ਰੁਪਈਏ ਲਾਏ ਨਗਰ ਕੀਰਤਨਾਂ 'ਤੇ, ਉਹ ਕਿਸ ਅਰਥ ਰਹਿ ਗਏ? ਇਹਦਾ ਮਤਲਬ ਅਸੀਂ ਆਪ ਪੜ੍ਹਨ ਦੀ, ਜੇ ਫਿਲਮ ਨਾ ਬਣਦੀ ਅਸੀਂ ਉਦੇ ਮਰ ਜਾਣਾ ਸੀ ਦੁਨੀਆ ਤੋਂ, ਵੀ ਸਾਹਿਬਜ਼ਾਦਿਆਂ ਬਾਰੇ ਸਾਨੂੰ ਪਤਾ ਨਹੀਂ ਸੀ ਲੱਗਣਾ। ਅਸੀਂ ਉਦੇ ਕਹੀ ਜਾਣਾ ਸਾਹਿਬਜ਼ਾਦੇ ਬੜੇ ਮਹਾਨ ਆ, ਬੜੇ ਮਹਾਨ ਆ। ਪੜ੍ਹਨ ਦੀ ਆਦਤ ਪਾਓ, ਹੁਣ ਹੀ ਪੜ੍ਹ ਲਈਏ। ਜੇ ਸਵੇਰ ਦਾ ਭੁੱਲਿਆ ਕੋਈ ਸ਼ਾਮਾਂ ਨੂੰ ਘਰ ਆ ਜਾਏ, ਉਹਨੂੰ ਭੁੱਲਿਆ ਨਹੀਂ ਕਹਿੰਦੇ। ਆਪਣੇ ਘਰਾਂ 'ਚ ਕਿਤਾਬਾਂ ਮਾਰਿਓ ਧਿਆਨ ਤੁਸੀਂ, ਕਿ ਸਾਡੇ ਪੰਜਾਬੀਆਂ ਨੂੰ ਆਪਣੇ ਸਾਹਿਤ ਪੜ੍ਹਨ ਦਾ ਸ਼ੌਂਕ ਹੈ? ਬੋਲੋ ਗੁਰੂ ਕੇ ਪਿਆਰਿਓ, ਵੀ ਸਾਡੇ ਪੰਜਾਬੀਆਂ ਨੂੰ, ਤੁਸੀਂ ਅੰਮ੍ਰਿਤਸਰ ਜਾਓ, ਇੱਥੋਂ ਤੁਸੀਂ 10-20 ਕਿਤਾਬਾਂ ਉੱਥੋਂ ਖਰੀਦ ਕੇ ਨਾਲ ਲੈ ਕੇ ਆਓ। ਘਰ ਸਾਡੇ ਸੋਹਣੀਆਂ ਲਾਇਬ੍ਰੇਰੀਆਂ ਬਣੀਆਂ ਹੋਣ, ਸਾਡੇ ਘਰਾਂ 'ਚ ਸੋਹਣੀਆਂ ਕਿਤਾਬਾਂ ਪਈਆਂ ਹੋਣ, ਜਦੋਂ ਕਿਤੇ ਟਾਈਮ ਲੱਗੇ ਅਸੀਂ ਕਿਤਾਬ ਪੜ੍ਹੀਏ। ਗੋਰੇ ਇਸ ਗੱਲੋਂ ਕਿੰਨੇ ਐਡਵਾਂਸ ਨੇ, ਉਹਨਾਂ ਨੇ ਪਾਰਕਾਂ ਵਿੱਚ ਵੀ ਲਾਇਬ੍ਰੇਰੀਆਂ ਬਣਾਈਆਂ ਨੇ। ਵਿਦੇਸ਼ਾਂ ਵਿੱਚ ਤੁਹਾਡੇ ਜੋ ਕਿਸੇ ਦਾ ਧੀ ਪੁੱਤ ਗਿਆ, ਪੁੱਛ ਕੇ ਵੇਖਿਓ ਨਾ, ਪਾਰਕ ਹੈ ਨਾ, ਪਾਰਕ ਜਿੱਥੇ ਲੋਕ ਘੁੰਮਣ ਆਉਂਦੇ ਆ, ਉੱਥੇ ਵੀ ਉਹਨਾਂ ਨੇ ਲਾਇਬ੍ਰੇਰੀ ਬਣਾਈ ਆ, ਵੀ ਜੇ ਕੋਈ ਬੰਦਾ ਇੱਥੇ ਆਇਆ ਵਿਹਲਾ ਨਾ ਬਵੇ, ਉੱਥੋਂ ਕਿਤਾਬ ਲੈ ਕੇ ਮੁੜ ਕੇ ਉੱਥੇ ਰੱਖ ਦਿੰਦਾ ਪੜ੍ਹ ਕੇ। ਜੇ ਅੱਧਾ ਘੰਟਾ ਘੰਟਾ ਬੈਠਾ ਕਿਤਾਬ ਦੇ 2-4 ਪੇਜ 'ਚੋਂ ਕਿਤਾਬ ਪੜ੍ਹ ਕੇ ਫਿਰ ਉੱਥੇ ਰੱਖ ਦੇਵੇ। ਸਾਡੇ ਪ੍ਰਿੰਸੀਪਲ ਗਿਆਨੀ ਜਗਜੀਤ ਸਿੰਘ ਸਿੱਦਕੀ ਸਾਨੂੰ ਜਦੋਂ 1997 ਦੇ ਵਿੱਚ ਉਹ ਸੰਥਿਆ ਕਰਾਉਂਦੇ ਹੁੰਦੇ ਸੀ ਨਾ ਗੁਰਬਾਣੀ ਦੀ, ਅਤੇ ਉਹਨਾਂ ਨੇ ਇੱਕ ਸ਼ਬਦ ਬੜਾ ਪਿਆਰਾ ਬੋਲਣਾ, ਕਹਿਣਾ ਬੱਚਿਓ ਤੁਸੀਂ ਕਿਸੇ ਦੁਕਾਨ 'ਤੇ ਖਲੋਤੇ ਹੋ, ਤੁਹਾਨੂੰ ਉਹਨੇ ਮੂੰਗਫਲੀ ਪਾ ਕੇ ਦਿੱਤੀ ਕਿਸੇ ਲਿਫਾਫੇ ਵਿੱਚ, ਮੂੰਗਫਲੀ ਖਾਣ ਤੋਂ ਬਾਅਦ ਨਾਲ ਲਿਫਾਫਾ ਵੀ ਪੜ੍ਹ ਕੇ ਸੁੱਟੋ। ਉਹਨੇ ਕਹਿਣਾ ਜੇ ਤੁਹਾਨੂੰ ਕਿਸੇ ਦੁਕਾਨਦਾਰ ਨੇ ਕੋਈ ਮੂੰਗਫਲੀ ਪਾ ਕੇ ਦਿੱਤੀ ਨਾ ਕਿਸੇ ਲਿਫਾਫੇ 'ਚ, ਪਤਾ ਨਹੀਂ ਉਹ ਲਿਫਾਫਾ ਕਿੰਨਾ ਪੁਰਾਣਾ ਹੋਣਾ, ਹੋ ਸਕਦਾ ਉਹ ਘਟਨਾ ਦਾ ਤੁਹਾਨੂੰ ਮੁੜ ਕੇ ਪਤਾ ਲੱਗੇ ਹੀ ਨਾ। ਜਿਹੜੇ ਪੁਰਾਣੇ ਸੀ ਉਹ ਸ਼ੌਂਕ ਰੱਖਦੇ ਸੀ, ਅੱਜ ਬੰਦੇ ਕੋਲ ਨੌਲੇਜ ਘੱਟ ਕਿਉਂ ਆ? ਤੁਸੀਂ ਵੇਖੋ ਨਾ, ਜਦੋਂ ਡਿਬੇਟ ਕਰਨੀ ਹੋਵੇ ਅਸੀਂ ਬਾਕੀ ਸਾਰੀਆਂ ਗੱਲਾਂ 'ਚ ਅੱਗੇ ਹਾਂ। ਮੈਂ ਜਿਹੜੀ ਰਾਤ ਦੇ ਦੌਰਾਨ 'ਚ ਗੱਲ ਕਹੀ ਸੀ ਵੀ ਦੋ ਜੰਗਾਂ ਹੋਈਆਂ ਉਸ ਵਕਤ 1704 'ਚ, ਇੱਕ ਹਥਿਆਰਾਂ ਦੀ, ਇੱਕ ਵਿਚਾਰਾਂ ਦੀ। ਹਥਿਆਰਾਂ ਦੀ ਜੰਗ ਹੋਈ ਆ ਚਮਕੌਰ ਸਾਹਿਬ ਦੀ ਗੜੀ ਦੇ ਬਾਹਰ, ਵਿਚਾਰਾਂ ਦੀ ਜੰਗ ਹੋਈ ਆ ਸਰਹੰਦ। ਅੱਜ ਹਥਿਆਰਾਂ ਦੀ ਜੰਗ ਕਰਨ 'ਤੇ ਅਸੀਂ ਤਿਆਰ ਹਾਂ, ਟਕੂਏ ਗੜਾਸੇ ਫੜ ਲਓ, ਮਾਰ ਲਓ, ਵੱਢ ਲਓ, ਪਰ ਜੇ ਸਾਨੂੰ ਕੋਈ ਕਹੇ ਕਿ ਆ ਜਾਓ ਥੋੜ੍ਹੀ ਬਹੁਤੀ ਬਾਣੀ ਬਾਰੇ, ਕੋਈ ਇਤਿਹਾਸ ਬਾਰੇ, ਤੁਸੀਂ ਦੂਜੇ ਮਤ ਦੇ ਕਿਸੇ ਬੰਦੇ ਨੂੰ ਸਮਝਾਉਣਾ ਹੋਵੇ ਤਾਂ ਸਾਨੂੰ ਪਤਾ ਕੱਖ ਨਹੀਂ ਹੈਗਾ, ਕਿਉਂਕਿ ਅਸੀਂ ਪੜ੍ਹਨ ਦਾ ਸ਼ੌਂਕ ਪੈਦਾ ਨਹੀਂ ਕੀਤਾ ਆਪਣੇ ਅੰਦਰ। ਅਤੇ ਜਿਹੜਾ ਵਿਅਕਤੀ ਪੜ੍ਹੇਗਾ ਨਾ, ਜਿਹਦੇ ਕੋਲ ਜਿਹੜੀ ਨੌਲੇਜ ਹੋਏਗੀ, ਇਹ ਗੱਲ ਚੇਤਾ ਰੱਖਿਓ, ਜੋ ਮਨੁੱਖ ਦੇ ਕੋਲ ਸੌਦਾ ਹੁੰਦਾ ਉਹ ਵੇਚਦਾ ਜ਼ਰੂਰ ਆ, ਤਜਰਬਾ ਕਰਕੇ ਵੇਖਿਓ ਤੁਸੀਂ। ਜਿਹੜਾ ਬੰਦਾ ਵੀ ਜਿੰਨਾ ਜਿਸ ਕੋਲ ਗਿਆਨ ਹੋਏਗਾ ਨਾ, ਅਗਲਾ ਨਹੀਂ ਵੀ ਸੁਣਦਾ, ਉੱਥੇ ਜਦੋਂ 4 ਬੰਦਿਆਂ 'ਚ ਬਹਿੰਦਾ ਉਹ ਗੱਲ ਜ਼ਰੂਰ ਕਰਦਾ, ਕਿਉਂਕਿ ਉਹਦੇ ਕੋਲ ਹੈਗਾ ਨਾ, ਗੱਲ ਕਰਦਾ ਹੀ ਤਾਂ ਵਾ। ਜਿੱਦਣ ਤੁਹਾਡੇ ਕੋਲ ਗੁਰਮਤਿ ਦਾ ਗਿਆਨ ਆ ਗਿਆ, ਤੁਸੀਂ ਜਿੱਥੇ ਵੀ ਬਹੋਗੇ ਨਾ, ਤੁਹਾਡੇ ਮੁੱਖ 'ਚੋਂ ਸ਼ਬਦ ਨਿਕਲਣੇ ਆ, ਕਿਉਂਕਿ ਤੁਸੀਂ ਉਹ ਭਾਂਡਾ ਭਰਿਆ ਨਾ, ਤੁਹਾਨੂੰ ਪਤਾ ਵਾ, ਤੁਸੀਂ 4 ਬੰਦਿਆਂ ਨੂੰ ਆਪਣੀ ਗੱਲ ਕਿਤੇ ਨਾ ਕਿਤੇ ਸੁਣਾ ਦੇਣੀ ਆ।
ਪਰ ਅਜੇ ਭਾਂਡੇ 'ਚ ਹੀ ਕੁਝ ਨਹੀਂ ਹੈਗਾ, ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਹ ਆ ਸਤਿਗੁਰੂ ਦੀ ਮੱਤ ਲੈਣ ਦਾ ਟਾਈਮ, ਸਤਿਗੁਰ ਮੱਤ ਵੇੜਾ। ਹੁਣ ਸਤਿਗੁਰੂ ਦੀ ਮੱਤ ਕੀ ਆ, ਇਹ ਵੀ ਸਵਾਲ ਪੈਦਾ ਹੋ ਗਿਆ। ਹੁਣ ਸਤਿਗੁਰ ਦੀ ਮੱਤ ਲੈਣ ਲਈ ਲੋਕ ਸਤਿਗੁਰ ਲੱਭਦੇ ਫਿਰਦੇ, ਫਿਰ ਵੀ ਸ਼ਾਇਦ ਕੋਈ ਦੇਹਧਾਰੀ ਸਤਿਗੁਰੂ ਹੋਣਾ। ਇਹਦਾ ਜਵਾਬ ਵੀ ਸਤਿਗੁਰ ਨੇ ਬਾਣੀ 'ਚ ਦੇ ਦਿੱਤਾ ਆਪੇ ਹੀ। ਧੰਨ ਗੁਰੂ ਅਮਰਦਾਸ ਦੀ ਬਾਣੀ ਆਪਾਂ ਪੜ੍ਹਦੇ ਹਾਂ, ਪੂਰਾ ਥਾਟ ਬਣਾਇਆ ਪੂਰਾ, ਵੇਖੋ ਇੱਕ ਸਮਾਨਾ ਉਸ ਪੂਰੇ ਨੇ ਵਾਹਿਗੁਰੂ ਅਕਾਲ ਪੁਰਖ। ਹੁਣ ਵੇਖੋ ਅਕਾਲ ਪੁਰਖ ਵਾਸਤੇ ਵੀ, ਗੁਰੂ ਵਾਸਤੇ ਵੀ ਪੂਰਾ ਸ਼ਬਦ ਵਰਤਿਆ, ਪੂਰਾ ਥਾਟ ਬਣਾਇਆ ਪੂਰੇ, ਜਿਵੇਂ ਗੁਰ ਪੂਰੇ ਮੇਰੀ ਰਾਖ ਲਈ। ਕਹਿੰਦੇ ਪੂਰਾ ਥਾਟ ਬਣਾਇਆ ਪੂਰੇ, ਥਾਟ ਦਾ ਅਰਥ ਹੈ ਜੁਗਤੀ। ਉਸ ਪੂਰੇ ਨੇ ਇਹ ਜਿਹੜੀ ਜੁਗਤੀ ਆ ਪੂਰੀ ਬਣਾਈ ਹੈ, ਜਦੋਂ ਆਪ ਪੂਰਾ ਉਹਦਾ ਕੰਮ ਵੀ ਪੂਰਾ। ਪੂਰਾ ਥਾਟ ਬਣਾਇਆ ਪੂਰਾ, ਵੇਖੋ ਇੱਕ ਸਮਾਨਾ, ਸਮਾਨਾ ਦਾ ਮੈਨੂੰ ਹੁੰਦਾ ਇੱਕੋ ਜਿਹਾ ਹੀ, ਤਾਂ ਠਾਂ ਨਹੀਂ ਜਾਂਦਾ, ਉੱਤੇ ਥੱਲੇ ਨਹੀਂ ਜਾਂਦਾ। ਵੇਖੋ ਇੱਕ ਸਮਾਨਾ ਇਸ ਪਰਪੰਚ ਮੈਂ, ਇਸ ਜਗਤ ਵਿੱਚ ਸੱਚੇ ਨਾਮ ਕੀ ਵਡਿਆਈ, ਜਿਹੜੀ ਵਡਿਆਈ ਆ ਉਹ ਸੱਚੇ ਨਾਮ ਦੀ ਆ। ਧਨ ਦੌਲਤ ਪੈਸਾ ਟਕਾ ਇਹ ਜਿਹੜੀ ਸ਼ੋਭਾ ਵਾ ਇਹ ਵਕਤੀ ਆ। ਅੱਜ ਤੁਹਾਡੇ ਕੋਲ ਪੈਸਾ ਹੈਗਾ ਤਾਂ ਤੁਹਾਡੀ ਬੱਲੇ ਬੱਲੇ ਆ, ਤੁਹਾਡੀ ਜੇਬ 'ਚੋਂ ਚਾਰ ਛਿਲੜ ਮੁੱਕ ਗਿਆ ਅਤੇ ਅਗਲੇ ਤੁਹਾਨੂੰ ਚੁੱਕ ਕੇ ਭਰਾ ਮਾਰਨਗੇ, ਕਿਉਂਕਿ ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ। ਜਦੋਂ ਤੁਹਾਡੇ ਕੋਲ ਪੈਸੇ ਤੁਹਾਡੇ ਨਾਲ ਅਗਲਾ ਨਾਤਾ ਵਾ, ਅਤੇ ਜਿਸ ਦਿਨ ਕਿਸ਼ੂ ਨਾ ਹੋ ਬਈ ਅਤੇ ਦਿਨ ਬੋਲਣ ਗੰਦ, ਜਿਸ ਦਿਨ ਤੁਹਾਡੀ ਜੇਬ 'ਚੋਂ ਪੈਸਾ ਮੁੱਕ ਗਿਆ, ਜਿੰਨੀਆਂ ਗੰਦੀਆਂ ਗਾਲਾਂ ਉਹਨਾਂ ਨੇ ਤੁਹਾਨੂੰ ਕੱਢਣੀਆਂ, ਉਨੀਆਂ ਦੁਸ਼ਮਣ ਨੇ ਵੀ ਨਹੀਂ ਕੱਢਣੀਆਂ।